दराणी ने आपस में गल करके कहने जो फरीदकोट वाला घर है मां नू कह भी घर छड़ दे जे तेरी जिंदगी दी लोड़ है नू। अच्छा, मैं बेटे दे कहन ते थोड़े मुंडे दी हां जी मतलब थोड़े मुंडे नू उन्होंने तुहानू देण वास्ते हां जी ते ओदे पैसे दी मांग किन्ने पैसे दी मांग कीती जी? पैसे मंगे साडा सी 20 लाख रुपया दित्ता इहनां तलवंडी भाई फड़ा के आए सीते दे घरे दो तीन वेरी चार 20 लाख रुपया ਤੁਸੀਂ ਉਹਨੂੰ ਦੇਤਾ ਤਿੰਨ ਵਾਰੀ ਤੇ ਚਾਰ ਚਾਰ ਲੱਖ ਦੇ ਕੇ ਦੋ ਵਾਰੀ ਤਿੰਨ ਤਿੰਨ ਲੱਖ ਹੁਣ ਸੰਗਤ ਜੀ ਧਿਆਨ ਦੇਣ ਵਾਲੀ ਗੱਲ ਆ ਨਾ ਕਿ ਚਾਚੀ ਨੇ ਪਾਸਪੋਰਟ ਸੀ ਪਾ ਕੋਈ ਕਾਗਜ਼ ਤਾਂ ਬੇਟੇ ਨੂੰ ਗੱਡੀ ਵੀ ਰੱਖੀ ਆ ਇੰਡੀਗੋ ਗੱਡੀ ਵੀ ਰੱਖੀ ਆ ਕਾਗਜ਼ਾਂ ਦੇ ਚੱਕਰ 'ਚ ਤੇ 20 ਲੱਖ ਰੁਪਇਆ ਹਾਂਜੀ ਇਹਨਾਂ ਨੇ ਆਪਦੇ ਬੇਟੇ ਨੂੰ ਵਾਪਸ ਲੈਣ ਵਾਸਤੇ ਉਹਨਾਂ ਕੋਲੋਂ ਤੇ ਉਹਨਾਂ ਨੂੰ 20 ਲੱਖ ਰੁਪਇਆ ਵੀ ਦੇ ਚੁੱਕੀ ਆ ਮਾਤਾ ਇਹ ਮਾਤਾ ਨੇ ਕਹਿਣ ਤੇ ਆ ਵੀ 20 ਲੱਖ ਰੁਪਇਆ ਉਹਨਾਂ ਨੂੰ ਦੇ ਚੁੱਕੀ ਆ ਮੈਂ ਤੇ ਉਹਨਾਂ ਨੇ ਮੇਰਾ ਬੇਟਾ ਜਿਹੜਾ ਨਾ फिर भी वापस नहीं किया। साढ़े को माता आई है मतलब असी तो माता को देखा माता रो रही थी तो माता रोंदी पई है भी मेरे घट्टो घट जे मेरे बच्चे कुछ हो गया है अमृतधारी माता है भी जे मेरे बच्चे कुछ हो गया तो घट्टो घट मेरे बच्चे ने मैं अस्थिया विखा मैं कुछ विखा कोई कुछ कोई कागज विखा कोई तो ये थोड़ी है तू आपकी मर्जी ने कहता तेरे बच्चा तो मर गया तो मैं मर लवा मर गया। इन्हां ने बच्चों के नाल जो भी किया है तो उस दे लई इंसाफ आपां इंसाफ की मांग करते हैं सारे। दूजी गल सरपंचो किन्ने बंदे आ सारे ये जिहड़े हिसाब नाल माता ने दरखास्त दित्ती आ एक सेवल सिंह पुत्र ओंकार सिंह एक ओंकार सिंह पुत्र गुरदयाल सिंह एक सुखवंत कौर पत्नी सेवल सिंह वासियां पखो खुरद जिला फरीदकोट एक है कि करमजीत कौर पत्नी कुलदीप सिंह वासियां पिंड ਐਲ ਜ਼ਿਲ੍ਹਾ ਫਰੀਦਕੋਟ ਇੱਕ ਹੈਗੀ ਆ ਇੱਕ ਹੈਗਾ ਜਸਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਕਿਰਨਦੀਪ ਕੌਰ ਪਤਨੀ ਜਸਪ੍ਰੀਤ ਸਿੰਘ ਮਨਦੀਪ ਸਿੰਘ ਜੋ ਜਸਪ੍ਰੀਤ ਸਿੰਘ ਦਾ ਭਤੀਜਾ ਹੈ ਵਾਸੀਆਂ ਨੂੰ ਬਦਨੀ ਕਲਾ ਜ਼ਿਲ੍ਹਾ ਮੋਗਾ ਇਹ ਸੱਤ ਬੰਦੇ ਆ ਜੀ ਇਹਦੀ ਦਰਖਾਸਤ ਦੇ ਹਿਸਾਬ ਨਾਲ ਹੁਣ ਇਹਨਾਂ ਇਹ ਜਿਹੜੇ ਬੰਦੇ ਸੀਗੇ ਇਹ ਬੰਦੇ ਮਾਤਾ ਨੇ ਕਹਿਣ ਤੇ ਉੱਥੇ ਰਹਿੰਦੇ ਸੀਗੇ ਇਹਦੇ ਕੋਲੇ ਇਹ ਬੰਦੇ ਇਹ ਮੁੰਡੇ ਕੋਲੇ ਉੱਥੇ ਰਹਿੰਦੇ ਸੀਗੇ ਹੁਣ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਵੀ ਬੱਚੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਨਹੀਂ ਦੱਬੂ ਪਾਣ ਜਿਹੜਾ ਮਨਜੀਤ ਰਹਿੰਦਾ ਮਨਜੀਤ ਮਿੱਡੂ ਉਹਦੇ ਕੋਲੇ ਬਲੈਕ ਗੱਡੀ ਹੈ ਜੋ ਕੰਮ ਕਰ ਰਿਹਾ ਮੇਰੇ ਬੇਟੇ ਦਾ ਮਿੱਡੂ ਕਰ ਰਿਹਾ ਜਿਹੜਾ ਅਨਗੋਨੋ ਦਾ ਕੰਮ ਹੈ ਉਹ ਮੇਰੀ ਦਰਾਣੀ ਨੇ ਸਾਂਭਿਆ ਵਾ ਦੋ ਲੈਪਟਾਪ ਸੀ ਇਹ ਪਹਿਲਾਂ ਨਾ ਜਦੋਂ ਐਮ ਪੀ ਹੁੰਦੇ ਸੀ ਇਹ ਬੜੇ ਸੰਗਰੂਰ ਏਰੀਏ 'ਚ ਮੁੰਡੇ ਲੈ ਕੇ ਆਏ ਆ ਬਾਹਰੋਂ ਫਸੇ ਹੋਏ ਅਤੇ ਬੜੇ ਵਧੀਆ ਸਾਡੇ ਐਮ ਪੀ ਸਾਹਿਬ ਸੀ ਸਾਡੇ ਹੁਣ ਸੀ ਐਮ ਵੀ ਬਹੁਤ ਵਧੀਆ ਇਹ ਕੰਮ ਬਹੁਤ ਵਧੀਆ ਕਰ ਰਹੇ ਆ ਜੀ ਅਤੇ ਸਾਡਾ ਜਿਹੜਾ ਹਲਕਾ ਧਰਮਕੋਟ ਆ ਮੇਰਾ ਹਲਕਾ ਧਰਮਕੋਟ ਆ ਜੀ ਮੇਰੇ ਹਲਕੇ ਧਰਮਕੋਟ 'ਚ ਇਹਨੇ ਐਮ ਐਲ ਏ ਜਿਹੜਾ ਸਾਡਾ ਲਾਡੀ ਢੋਸ ਦਿੱਤਾ ਵਾ ਬਹੁਤ ਵਧੀਆ ਐਮ ਐਲ ਏ ਜੀ ਸਾਫ਼ ਸੁਥਰਾ ਅਤੇ ਨੇਕ ਇਨਸਾਨ ਆ ਜੀ ਬਹੁਤ ਵਧੀਆ ਵਾ ਇਹ ਵੀ ਤੁਹਾਡਾ ਬੜਾ ਧੰਨਵਾਦ ਜੀ ਅਤੇ ਬੜੇ ਉਹਨਾਂ ਦੀ ਜਿਹੜੀ ਪਿਛੋਕੜ ਉਹਨਾਂ ਦਾ ਪਰਿਵਾਰ ਬਹੁਤ ਚੰਗਾ ਜੀ ਬਾਕੀ ਰਹਿ ਗਈ ਗੱਲ ਇਹ ਹੁਣ ਵੀ ਇਹ ਮਾਤਾ ਨੂੰ ਜਿਹੜੀ ਇੱਥੋਂ ਵਾਲੀ ਪੈਂਦੀ ਆ ਐਮ ਐਲ ਏ ਸਾਡੀ ਆ ਕਿਹੜੀ ਪੈਂਦੀ ਅਮਰ ਅਰੋੜਾ ਅਮਰ ਅਰੋੜਾ ਜੀ ਅਮਰ ਅਰੋੜਾ ਨੂੰ ਬੇਨਤੀ ਆ ਇਹ ਮਾਤਾ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਇਹਨੂੰ ਬੁਲਾ ਕੇ ਅਤੇ ਇਹਦਾ ਜਿਹੜਾ ਬਣਦੀ ਕਾਰਵਾਈ ਪਰਚੇ ਦੀ ਅਤੇ ਘਲਕਣਾ ਥਾਣੇ ਕੀਤੀ ਜਾਵੇ ਇਹਨਾਂ ਵਿੱਚੋਂ ਚਾਰ ਬੰਦੇ ਮੌਜੂਦਾ ਇੱਥੇ ਆਏ ਹੋਏ ਆ ਹਾਂ ਬੰਦੇ ਆਏ ਘਲਕਣਾ ਥਾਣੇ ਦੇ ਵਿੱਚ ਕਹਿ ਗਏ ਐਸ ਐਚ ਓ ਸਾਹਿਬ ਨੂੰ ਅਤੇ ਵੈਸੇ ਐਸ ਐਚ ਓ ਸਾਹਿਬ ਅਤੇ ਐਸ ਆਈ ਚੰਗੇ ਜਿਹਨਾਂ ਭੱਜ ਨੱਠਕਾ ਵੀ ਕੀਤੀ ਆ ਜੀ ਸਾਡੀ ਦਰਖਾਸਤ 'ਤੇ ਪਰ ਫਿਰ ਵੀ ਸਾਡਾ ਕਾਰਵਾਈ ਜਿਹੜੀ ਆ ਪਰਚਾ ਕਰਵਾਇਆ ਜਾਵੇ ਪਰਚਾ ਕਰਵਾ ਕੇ ਦੋਸ਼ੀ ਫੜੇ ਜਾਣ ਤੁਰੰਤ ਰੋਕੇ ਜਾਣ ਇਹਨਾਂ ਨੂੰ ਐਲ ਓ ਸੀ ਲਾਂਚ ਕੀਤੀ ਜਾਵੇ ਜਿਨ੍ਹਾਂ ਦੇ ਇਹਦੇ ਪਾਸਪੋਰਟ ਜ਼ਬਤ ਕੀਤੇ ਜਾਣ ਅੱਛਾ ਬੇਨਤੀ ਹੈ ਜੀ ਸੰਗਤ ਨੂੰ ਸਾਰੀ ਨੂੰ ਇਹ ਜਦੋਂ ਵੀ 2015 ਤੋਂ ਲੈ ਕੇ ਹੁਣ ਤੱਕ ਮਾਤਾ ਨੇ ਜਦੋਂ ਵੀ ਅਪੀਲ ਕੀਤੀ ਹੈ ਨਾ ਕਿਤੇ ਵੀ ਤਾਂ ਮਾਤਾ ਦੀ ਵਿਚਾਰੀ ਦੀ ਸੁਣਵਾਈ ਨਹੀਂ ਹੋਈ ਆਹ ਦਰਖਾਸਤਾਂ ਜੀ ਆਹ ਦੇਖੋ ਵੀ ਦਰਖਾਸਤਾਂ ਦੇ ਢੇਰ ਲੱਗੇ ਹੋਏ ਆ ਮਾਤਾ ਦੀਆਂ ਦਰਖਾਸਤਾਂ ਹੀ ਦਰਖਾਸਤਾਂ ਫੜੀਆਂ ਆਹ ਇਹਦੇ ਵਿੱਚ ਵੀ ਆਹ ਸਾਰੀਆਂ ਦਰਖਾਸਤਾਂ ਹੀ ਆ ਢੇਰ ਲੱਗੇ ਹੋਏ ਆ ਇੰਨੀਆਂ ਦਰਖਾਸਤਾਂ ਦਰਖਾਸਤਾਂ ਇਹ ਅਤੇ ਮਾਤਾ ਦੀ ਕੋਈ ਸੁਣਵਾਈ ਨਹੀਂ ਹੋਈ ਜੀ ਅਤੇ ਬੇਨਤੀ ਸੰਗਤ ਨੂੰ ਇਹ ਆ ਕਿ ਜਿਹੜੀ ਸੰਗਤ ਆ ਨਾ ਸਭ ਤੋਂ ਵੱਡੀ ਸੰਗਤ ਮੰਨੀ ਜਾਂਦੀ ਸਾਡੇ ਗੁਰੂਆਂ ਦੇ ਮਤਲਬ ਸੰਵਿਧਾਨ ਅਨੁਸਾਰ ਵੀ ਅਤੇ ਮੈਂ ਇਹ ਗੱਲ ਕਰਦਾ ਕਿ ਸੰਗਤ ਚਾਹੇ ਤਾਂ ਕੀ ਨਹੀਂ ਹੋ ਸਕਦਾ ਅਤੇ ਭਰਾਵੋ ਆਪਦੀ ਜ਼ਿੰਮੇਵਾਰੀ ਸਮਝ ਕੇ ਇਸ ਦੁਖਿਆਰੀ ਮਾਂ ਦੀ ਮਦਦ ਕਰੀਏ ਅਤੇ ਇਸ ਮਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਜੇ ਸਾਨੂੰ ਸਾਡੀ ਜਥੇਬੰਦੀ ਨੂੰ ਵੀ ਮਾਤਾ ਲਈ ਕੋਈ ਧਰਮਾਂ ਪਰ ਟੈਸਟ ਵੀ ਕਰਨਾ ਪਿਆ ਨਾ ਅਸੀਂ ਕਰਨ ਨੂੰ ਤਿਆਰ ਹਾਂ ਅਤੇ ਕਰਾਂਗੇ ਪਰ ਤੁਹਾਡਾ ਸੰਗਤ ਦਾ ਸਹਿਯੋਗ ਚਾਹੀਦਾ ਕਿ ਸੰਗਤ ਸਾਨੂੰ ਇਹ ਜ਼ਰੂਰ ਦੱਸੇ ਕਿ ਸਾਨੂੰ ਇਸ ਮਾਂ ਦੀ ਮਦਦ ਕਰਨੀ ਚਾਹੀਦੀ ਕਿ ਨਹੀਂ ਚਾਹੀਦੀ ਜਿਹੜੀ ਆਪਦੇ ਪੁੱਤ ਲਈ ਅਤੇ ਆਪਦੀ ਨੂੰਹ ਲਈ ਅਤੇ ਪੋਤੀ ਲਈ ਮਾਤਾ ਜੀ ਪੁੱਤ ਦੀ ਫੋਟੋ ਖਾ ਲਓ।
इन्ने सालों तो रुल रही है गलिया के कचहरिया के थाणिया के रुल रही है कि उस मां की सानू मदद नहीं करनी चाहिए कि इस अज के मतलब युग के जड़ा मतलब रिश्ते नाते आ वो किनू की हो गया सर पैसा ही कोई ऐसी चीज़ नहीं हैगी आपको फोटो विखाने जी आ बेटी है बेटा पोती है एक संगत जी होर आप जी दस दिए कि उन्होंने इन्हों की माता जी की एक पोती आ तीन साल तीन महीने की सी उस दिन वह उस साल जिनी माता जी दस रहे उस उन्नी उम्र सी तो अज वह देखो पोती दे भी इन्हां कोलों पैसे लै चुके आ तुहाडी पोती तुहानूं फेर देवांगे पहला पैसे दिओ ते परमजीत ने मैनूं इह कहा तूं उहदों की कराउणा तूं उत्थे उहनूं वेच दिओ मनीला दी जंप वाल है उत्थों दीआं बुढ़ियां चंगीआं नहीं हुंदीआं गीआं लो जी सोच रखती एक औरत हो के भी कोई औरत किसी बच्ची वास्ते एहो जी सोच रखती तो बड़ी शर्म की गल आ गलबात गलबात की फतेह सारे वीरां बेनती आ जी इनू शेयर कर दिओ वध तों वध क्योंकि एक बाबा जी का जिहड़ा सुखदीप सिंह खालसा उन्हू फॉलो कर लो वध तों वध क्योंकि फॉलो करना भी जरूरी आ ते शेयर करना भी जरूरी आ अगे बेनती मेरी ये आ भी ये माता की जिहड़ी गुहार लाई माता ने ते सारे न्यूज चैनलों नू बेनती आ वध तों वध खबर चक के ना ते आपदे पेजां ते पा के ते माता नू इंसाफ दवाईए सब तो वड्डी गल जी जिहड़ा भगवंत मान साडे सीएम साहब आ इह पहलां ना जो MP हुंदे सी ਇਹ ਬੜੇ ਸੰਗਰੂਰ ਏਰੀਏ 'ਚ ਮੁੰਡੇ ਲੈ ਕੇ ਆਏ ਆ ਬਾਹਰੋਂ ਫਸੇ ਹੋਏ ਅਤੇ ਬੜੇ ਵਧੀਆ ਸਾਡੇ MP ਸਾਹਿਬ ਸੀ ਸਾਡੇ ਹੁਣ CM ਵੀ ਬਹੁਤ ਵਧੀਆ ਇਹ ਕੰਮ ਬਹੁਤ ਵਧੀਆ ਕਰ ਰਹੇ ਆ ਜੀ ਅਤੇ ਸਾਡਾ ਜਿਹੜਾ ਹੈ ਆ ਜਿਹੜੇ ਕਿ ਉਹਦੇ ਘਰੇ ਰਹਿੰਦੇ ਸੀ 5 ਮਹੀਨੇ ਉਹਦੇ ਘਰੇ ਰਹੇ ਇਹ ਬੰਦੇ ਸੀਗੇ 6 ਕੁੱਲ ਇੱਕ ਸੇਵਰ ਸਿੰਘ ਉਹਦੇ ਘਰ ਵਾਲੀ ਸੁਖਵੰਤ ਕੌਰ ਪਿੰਡ ਖੁਪੱਖੀ ਖੁਰਦ ਜ਼ਿਲ੍ਹਾ ਫਰੀਦਕੋਟ ਇਹ ਉਹਦੇ ਘਰੇ ਰਹਿੰਦੇ ਸੀ 2-4 ਬੰਦੇ ਸੀਗੇ ਪਿੰਡ ਵਧਨੀ ਜਸਪ੍ਰੀਤ ਸਿੰਘ ਕਿਰਨਦੀਪ ਕੌਰ ਸੁਖ ਪਲ ਮਨਦੀਪ ਸਿੰਘ ਗੁਰਵਕੀਰ ਸਿੰਘ ਜੋ ਕਿ ਇੱਕ ਮਾਮੇ ਦਾ ਲੜਕਾ ਜਸਪ੍ਰੀਤ ਦੇ ਇੱਕ ਭਤੀਜਾ ਇਹ 6 ਜਾਣੇ ਸੋਨੇ ਦੇ ਕੋਲ 5 ਮਹੀਨੇ ਰਹੇ ਆ ਸੋਨੇ ਨੇ ਇਹਨਾਂ ਨੂੰ ਕੰਮ ਪਾ ਕੇ ਦਿੱਤਾ ਸੋਨੇ ਨੇ ਇਹਨਾਂ ਨੂੰ ਮੋਟਰਸਾਈਕਲ ਲਾਇਸੈਂਸ ਲੈ ਕੀਤਾ ਬਾਅਦ ਵਿੱਚ ਇਹਨਾਂ ਨੇ 5 ਮਹੀਨਿਆਂ ਬਾਅਦ ਸੋਨੇ ਨੂੰ ਕਹਿੰਦੇ ਵੀ ਸਾਨੂੰ ਅਲੱਗ ਵੀ ਕਰ ਲੈ ਦੇ ਸੋਨੇ ਨੇ ਇਹਨਾਂ ਨੂੰ ਅਲੱਗ ਕਰ ਲੈ ਤਾ ਕੰਮ ਪਾਤਾ ਸੋਨੇ ਨੇ ਦੱਗੂ ਬਾਣ ਸੋਨਾ ਇਹਨਾਂ ਦੇ ਨਾਲ ਸੰਪਰਕ ਵਿੱਚ ਰਹਿੰਦਾ ਸੀ ਅਖੀਰ 'ਤੇ ਇੱਕ ਦਿਨ ਇਹ ਸੋਨਾ ਨਾ ਰਿਹਾ ਇਹ ਸੋਨੇ ਨੂੰ ਲੋਕ ਲਾ ਕੇ ਅਤੇ ਗੇਟ ਦੀਆਂ ਚਾਬੀਆਂ ਲੈ ਕੇ ਚਲੇ ਗਏ ਜਦੋਂ ਮੈਂ ਪਿੰਡ ਪੱਖੀ ਬੇਟੇ ਦਾ ਫੋਨ ਆਇਆ ਪਿੰਡ ਪੱਖੀ 2 ਬੰਦੇ ਨਾਲ ਲੈ ਕੇ ਗਈ ਵੀ ਤੁਹਾਡੇ ਬੇਟੇ ਨੇ ਵੀ ਸੋਨੇ ਨੂੰ ਲੋਕ ਲਾ ਕੇ ਚਾਬੀਆਂ ਲੈ ਗਏ ਆ ਅਤੇ ਉਹਨਾਂ ਨੇ ਮੈਨੂੰ ਇਹ ਕਿਹਾ ਇਹ ਥੋੜ੍ਹੇ ਦਿਨਾਂ ਦੀ ਖੇਡ ਹੈ ਵੀ ਤੁਹਾਨੂੰ ਅਸੀਂ ਦੱਸ ਦਾਂਗੇ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਫਿਰ ਵਾਸਤਾ ਕਾਇਮ ਕੀਤਾ ਵੀ ਸਾਨੂੰ ਵੀ ਜੋ ਵੀ ਸੋਨੇ ਦਾ ਲੈਣ ਦੇਣ ਆ ਵੀ ਤੁਸੀਂ ਅਲੱਗ ਅਸੀਂ ਅਲੱਗ ਸਾਡੇ ਵੀ ਨਹੀਂ ਅਸੀਂ ਰਹਿਣਾ ਤੁਹਾਡੇ ਨਾਲ ਇਹਨਾਂ ਨੇ ਸਾਨੂੰ ਬੇਟੀ ਨੂੰ ਅਸੀਂ ਸੱਦਿਆ ਇਹਨਾਂ ਦੀ ਨੂੰ ਜਿਹੜੀ ਕਿ ਪਿੰਡ ਹੈ ਕਰਮਜੀਤ ਕੌਰ ਹੈ ਉਹਨੂੰ ਸੱਦਿਆ ਵੀ ਸਾਡੇ ਨਾਲ ਵੀ ਤੁਸੀਂ ਜ਼ਿਆਦਾ ਲੈਣ ਦੇਣ ਦਾ ਹਿਸਾਬ ਕਰ ਲਓ ਉਸਨੇ ਵੀ ਸਾਨੂੰ ਇਹ ਜਵਾਬ ਦਿੱਤਾ ਵੀ ਜੇ ਸਾਥੋਂ ਕੋਈ ਪੈਸਿਆਂ ਦੀ ਮੰਗ ਕਰੋਗੇ ਤੁਹਾਡਾ ਮੁੰਡਾ ਖੁਰਦ ਕਰਾ ਦਾਂਗੇ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ 15 ਜੁਲਾਈ ਦੀ 18 ਇਹਨਾਂ ਨੇ ਕੀਤਾ ਫੋਨ ਸਾਨੂੰ ਇਹ 16 ਦਿਨ ਬਹੁਤ ਵੀਰਵਾਰ ਅਤੇ ਤਰੀਕ ਸੀਗੀ ਉਸ ਦਿਨ 16 ਜੁਲਾਈ ਜਦੋਂ ਕਿ ਬੇਟੇ ਦਾ ਦੁੱਗੂ ਬਣ ਗਿਆ 16 ਨੂੰ ਰਿਹਾ 17 ਨੂੰ 18 ਨੂੰ ਉਹਨੇ ਮੈਨੂੰ ਫੋਨ ਕੀਤਾ 11 ਵਜੇ ਵੀ ਮੰਮੀ ਵੀ ਬਾਈ ਪੈਸੇ ਫੁੱਫੜ ਦੇਣ ਆਇਆ ਅਸੀਂ ਕਿਹਾ ਸਾਨੂੰ ਕੋਈ ਫੋਨ ਨਹੀਂ ਆਇਆ ਕਿਸੇ ਦਾ ਉਸ ਤੋਂ ਬਾਅਦ ਮੇਰਾ ਬੇਟਾ ਕਹਿੰਦਾ ਵੀ ਅਸੀਂ ਸਾਰੇ ਜਾਣੇ ਇਕੱਠੇ ਹਾਂ ਚਾਚੀ ਹੈ ਭੂਆ ਦਾ ਲੜਕਾ ਜੋ ਕਿ ਰਫੀ ਚਾਚੀ ਪਰਮਜੀਤ ਕੌਰ ਚਾਚੀ ਬੇਟੀ ਮਨਪ੍ਰੀਤ ਕੌਰ ਅਤੇ ਭੂਆ ਦਾ ਮੁੰਡਾ ਰਫੀ ਜੋ ਕਿ ਇਸ ਟਾਈਮ ਕਨੇਡਾ ਰਹਿੰਦਾ ਰਾਣਾ ਕਹਿੰਦਾ ਮੈਨੂੰ ਇਸ ਬਾਰੇ ਕੁਛ ਨੀ ਪਤਾ ਮੇਰਾ ਇਸ ਪਰਿਵਾਰ ਨਾਲ ਵਾਸਤਾ ਨੀਗਾ
ਵੀ ਜੇ ਤੁਹਾਡੀ ਜਿਹੜੀ ਮਾਤਾ ਜੀ ਤੁਹਾਡੀ ਆਖਰੀ ਗੱਲ ਆ ਹਾਂਜੀ ਸਾਡੀ 18 ਜੁਲਾਈ 2015 ਦੀ ਹੋਈ ਬੇਟੇ ਨਾਲ ਉਸਨੇ ਕਿਹਾ ਵੀ ਮੈਂ ਇਹਨਾਂ ਨਾਲ ਗੱਲ